ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ ਮੈਂ ਹਾਂ ਸ਼ਰਬਤ ਚੌਧਰੀ ਵੇਲਾ ਹੋ ਗਿਆ ਸ਼ਾਰਟ ਐਂਡ ਸ਼ਾਰਪ ਖਬਰਾਂ ਦਾ ਸ਼੍ਰੀਨਗਰ ਵਿੱਚ ਪੁਲਿਸ ਪਾਰਟੀ ਤੇ ਦਹਿਸ਼ਤਗਰਦਾਂ ਨੇ ਕੀਤੀ ਗੋਲੀਬਾਰੀ ਦੋ ਪੁਲਿਸ ਵਾਲਿਆਂ ਦੀ ਮੌਤ ਦੀ ਖਬਰ ਜੱਦੀਪਲ ਇਲਾਕੇ ਦੀ ਵਾਰਤਾ ਚੰਡੀਗੜ੍ਹ ਬੀਜੇਪੀ ਹੈੱਡਕੁਆਟਰ ਵਿੱਚ ਅੱਜ ਪਾਰਟੀ ਦੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਆਗੂਆਂ ਦੀਆਂ ਵੱਖੋ ਵੱਖ ਬੈਠਕਾਂ ਐਨ ਡੀ ਏ ਸਰਕਾਰ ਦੇ ਦੋ ਸਾਲ ਦੀਆਂ ਉਪਲਬਧੀਆਂ ਲੋਕਾਂ ਤੱਕ ਪਹੁੰਚਾਉਣ ਸੰਬੰਧੀ ਰਣਨੀਤੀ ਅਤੇ ਕੌਮਾਂਤਰੀ ਯੋਗ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਹੋਏਗੀ ਚਰਚਾ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ ਫੀਸ ਰੈਗੂਲੇਟਰੀ ਕਮੇਟੀ ਅਤੇ ਕਈ ਵਿਭਾਗਾਂ ਵਿੱਚ ਭਰਤੀਆਂ ਸਮੇਤ ਕਈ ਮੁੱਦਿਆਂ 'ਤੇ ਸ਼ਾਮ 5 ਵਜੇ ਬੈਠਕ ਚੰਡੀਗੜ੍ਹ ਪੰਜਾਬ ਸਬ ਰੀਜਨਲ ਬਾਰ ਐਸੋਸੀਏਸ਼ਨ ਨੇ ਕੀਤਾ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਪਿਛਲੇ 15 ਦਿਨਾਂ ਤੋਂ ਸੀਐਮ ਨਾਲ ਮੁਲਾਕਾਤ ਲਈ ਮੰਗ ਰਹੇ ਸਨ ਵਕਤ ਪੰਜਾਬ ਭਰ ਤੋਂ ਤਕਰੀਬਨ 100 ਵਕੀਲ ਪੁੱਜੇ ਸਬ ਮੈਜਿਸਟਰੇਟ ਪੱਧਰ ਤੇ ਜੁਡੀਸ਼ਰੀ ਨੂੰ ਖਤਮ ਕਰਨ ਦਾ ਕਰ ਰਹੇ ਨੇ ਵਿਰੋਧ ਅਸੀਂ ਚਾਹੁੰਦੇ ਹਾਂ ਵੀ ਐਡੀਸ਼ਨਲ ਡਿਸਟ੍ਰਿਕਟ ਜੱਜ ਦੀ ਇੱਕ ਪੋਸਟ ਜਿਹੜੀ ਹੈਗੀ ਆ ਹਰੇਕ ਸਬ ਡਿਵੀਜ਼ਨ 'ਚ ਕ੍ਰੀਏਟ ਕੀਤੀ ਜਾਵੇ ਇਸ ਵੇਲੇ ਹਰ ਜ਼ਿਲ੍ਹੇ ਦੇ ਵਿੱਚ ਇਹ ਤਕਰੀਬਨ 12-12 14-14 15-15 ਜਿਹੜੇ ਹੈਗੇ ਆ ਐਡੀਸ਼ਨਲ ਸੈਸ਼ਨ ਜੱਜ ਕੰਮ ਕਰ ਰਹੇ ਆ ਉਹਨਾਂ ਵਿੱਚੋਂ ਜੇ 3-3-4-4 ਵੱਧ ਤੋਂ ਵੱਧ ਸਬ ਡਿਵੀਜ਼ਨ ਹੈਗੀਆਂ ਹਰ ਜ਼ਿਲ੍ਹੇ 'ਚ ਜੇ 3-4 ਐਡੀਸ਼ਨਲ ਸੈਸ਼ਨ ਜੱਜਾਂ ਨੂੰ ਸਬ ਡਿਵੀਜ਼ਨ ਦੇ ਉੱਤੇ ਅਪੁਆਇੰਟ ਕਰਤਾ ਜਾਵੇ ਨਾ ਤਾਂ ਮੇਰੇ ਹਿਸਾਬ ਨਾਲ ਉੱਤੇ ਗੌਰਮੈਂਟ 'ਤੇ ਕੋਈ ਬਰਡਨ ਪੈਣਾ ਹੈਗਾ ਆ ਨਾ ਤਾਂ ਕੋਈ ਇਨਫਰਾਸਟ੍ਰਕਚਰ ਦੀ ਲੋੜ ਹੈਗੀ ਹਰ ਜਗ੍ਹਾ ਇਨਫਰਾਸਟ੍ਰਕਚਰ ਬਣਿਆ ਹੋਏ ਆ ਅਸੀਂ ਕਈ ਵਾਰੀ ਸਰਕਾਰੀ ਨੁਮਾਇੰਦਿਆਂ ਨਾਲ ਗੱਲ ਕਰਕੇ ਟਾਈਮ ਲੈਣ ਦੀ ਕੋਸ਼ਿਸ਼ ਕੀਤੀ ਆ ਸਾਨੂੰ ਸਾਡੇ ਮਿੱਥੇ ਸਮੇਂ ਤੇ ਟਾਈਮ ਤਾਂ ਨਹੀਂ ਦਿੱਤਾ ਗਿਆ ਪਰ ਜਦੋਂ ਅੱਜ ਮੈਨੂੰ ਲੱਗਦਾ ਵੀ ਜਦੋਂ ਸੀਆਈਡੀ ਨੇ ਸਾਡੇ ਇੱਥੇ ਪਹੁੰਚਣ ਦੀ ਬਾਦਲ ਸਾਹਿਬ ਕੋਲ ਰਿਪੋਰਟ ਪਹੁੰਚੀ ਹੋਣੀ ਆ ਤਾਂ ਉਹਨਾਂ ਨੇ ਬਹੁਤ ਵਧੀਆ ਗੱਲ ਆ ਇੱਕ ਸੀਐਮ ਲਈ ਜੋ ਚਾਹੀਦਾ ਤੇ ਵੀ ਪੜ੍ਹੇ ਲਿਖੇ ਨੁਮਾਇੰਦੇ ਨੇ ਕਰੀਮੇ ਸੁਸਾਇਟੀ ਦੀ ਇਹਨਾਂ ਨੂੰ ਟਾਈਮ ਦਿੱਤਾ ਤੇ ਇਹਦੇ ਲਈ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਦਿੱਲੀ ਵਿੱਚ ਅਨੁਰਾਗ ਠਾਕੁਰ ਆਪਣੇ ਘਰ 14 ਜਨਪਦ ਪੁੱਜੇ ਤੇ ਉੱਥੇ ਢੋਲ ਲਗਾੜਿਆਂ ਤੇ ਪਟਾਕੇ ਚਲਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਬੀ ਸੀ ਸੀ ਆਈ ਮੁਖੀ ਬਣਨ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਦਿੱਲੀ ਵਾਲੇ ਘਰ ਪਹੁੰਚੇ ਸਨ ਅੱਜ ਅਨੁਰਾਗ ਠਾਕੁਰ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕਰਨਗੇ ਪਰ ਮੈਂ ਆਪਣੀ ਔਰ ਤੇ ਪ੍ਰਯਾਸ ਕਰੂੰਗਾ ਕਿ ਸਭ ਕੀ ਉਮੀਦੋਂ ਪਰ ਖਰਾ ਉਤਰ ਪਾਊਂ ਕ੍ਰਿਕਟ ਦੇਸ਼ ਕਾ ਸਭਸੇ ਲੋਕਪ੍ਰਿਯ ਖੇਲ ਹੈ ਔਰ ਨਿਸ਼ਚਿਤ ਤੌਰ ਪਰ ਇਸਕੀ ਲੋਕਪ੍ਰਿਯਤਾ ਕੋ ਔਰ ਬੜਾਨੇ ਕੀ ਆਵਸ਼ਕਤਾ ਹੈ ਹਮ ਚਾਹੇਂਗੇ ਕਿ ਭਾਰਤੀਯ ਟੀਮ ਦੁਨੀਆ ਕੀ ਨੰਬਰ 1 ਟੀਮ ਚਾਹੇ ਟੈਸਟ ਹੋ ਟੀ20 ਹੋ ODI ਹੋ ਕਿਸੀ ਵੀ ਖੇਤਰ ਮੇਂ ਭਾਰਤ ਕੀ ਟੀਮ ਨੰਬਰ 1 ਬਨੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਕਪਿਲ ਮਿਸ਼ਰਾ ਤੇ ਸੁੱਚਾ ਸਿੰਘ ਛੋਟੇਪੁਰ ਅੱਜ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨਾਲ ਕਰਨਗੇ ਮੁਲਾਕਾਤ ਯਮੁਨਾ ਨਦੀ ਦੀ ਸਫਾਈ ਨੂੰ ਲੈ ਕੇ ਕਰਨਗੇ ਚਰਚਾ ਦਿੱਲੀ ਦੇ ਕਈ ਅਧਿਕਾਰੀ ਵੀ ਰਹਿਣਗੇ ਮੌਜੂਦ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਸਫਾਈ ਮੁਲਾਜ਼ਮ ਔਰਤਾਂ ਨਾਲ ਛੇੜਖਾਨੀ ਕਰਨ ਵਾਲੇ ਸ਼ਖਸ ਦੀ ਕੀਤੀ ਗਈ 76 ਪਰੇਡ ਮੁਲਜ਼ਮ ਨੇ ਮੰਗੀ ਮਾਫ਼ੀ ਪਰ ਔਰਤਾਂ ਨੇ ਮੁਲਜ਼ਮ ਨੂੰ ਕੀਤਾ ਪੁਲਿਸ ਦੇ ਹਵਾਲੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਤੇ ਉਹ ਗਲਤ ਇਸ਼ਾਰੇ ਕਰਨ ਡਿਆ ਸੀ ਕਦੇ ਕੁਛ ਕਹਿਣ ਡਿਆ ਕਦੇ ਕੁਛ ਕਹਿਣ ਡਿਆ ਤੇ ਜਿੰਝ ਕਹੀ ਆਏ ਹਾਂ ਮੈਂ ਗਲਤ ਵਰਡਿੰਗ ਬੋਲੀ ਜਾਣ ਡਿਆ ਸੀ ਇਸ ਕਰਕੇ ਮੈਂ ਇਕੱਲੀ ਹੈਗੀ ਮੈਂ ਕੁਛ ਕਿਹਾ ਨਹੀਂ ਹੈਗਾ ਤੇ ਫਿਰ ਮੈਂ ਆਪਣੇ ਸੁਪਰਵਾਈਜ਼ਰ ਨੂੰ ਨਾਲ ਬੁਲਾ ਕੇ ਲਿਆਂਦਾ ਉੱਥੋਂ ਸਾਡੇ ਹੋਰ ਮੁਲਾਜ਼ਮ ਵੀ ਉਹਨਾਂ ਨੇ ਆ ਕੇ ਫੜਿਆ ਫਿਰ ਕੁੱਟਿਆ ਕੱਟਿਆ ਅਸੀਂ ਕਹਿੰਦੇ ਇਹੋ ਜਿਹੇ ਬੰਦੇ ਨੂੰ ਸਜ਼ਾ ਦਿੱਤੀ ਜਾਵੇ ਕੋਈ ਪਤਾ ਨਹੀਂ ਇੱਥੇ ਸਾਡੇ ਸਟੂਡੈਂਟ ਵੀ ਆਉਂਦੇ ਨੇ ਭਾਜੀ ਇਹ ਸਾਨੂੰ ਫੋਨ ਆਇਆ ਸੀ ਵਿਚਾਰ ਸਾਡਾ ਵੀ ਸਵਾਲੇ ਸਿਵਲ ਹੋਸਪਿਟਲ ਜਿਹੜਾ ਵਾ ਕੋਈ ਬੰਦਾ ਫੜਿਆ ਵਾ ਕੁੜੀਆਂ ਛੇੜਦਾ ਤੇ ਇਹ ਅਸ਼ਵਨੀ ਕੁਮਾਰ ਨੂੰ ਅਸੀਂ ਉੱਥੋਂ ਫੜ ਕੇ ਲਿਆ ਕੇ ਚੌਂਕੀ ਲੈਣ ਦਾ ਵਾ ਅੱਗੇ ਕਾਰਵਾਈ ਜੋ ਇੰਚਾਰਜ ਸਾਹਿਬ ਕਰਨਗੇ ਕਾਂਗਰਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ ਕਿਹਾ ਕਾਂਗਰਸ ਦਾ ਭਾਰਤ ਦੇ ਨਕਸ਼ੇ ਤੋਂ ਹੋ ਜਾਵੇਗਾ ਸਫਾਇਆ
ਕਾਂਗਰਸ ਦਾ ਪੰਜਾਬ ਦੀਆਂ 2017 ਵਿਧਾਨ ਸਭਾ ਚੋਣਾਂ ਵਿੱਚ ਹਾਲੀਆ ਸੂਬਿਆਂ ਦੀਆਂ ਚੋਣਾਂ ਵਰਗਾ ਹੋਵੇਗਾ ਹਾਲ। ਕਾਂਗਰਸ ਤੇ ਆਮ ਆਦਮੀ ਪਾਰਟੀ ਉੱਤੇ ਕਥਿਤ ਅਨਾਜ ਘੁਟਾਲੇ ਦੇ ਮੁੱਦੇ ਤੇ ਸਿਆਸਤ ਕਰਨ ਦਾ ਉਹਨਾਂ ਲਾਇਆ ਇਲਜ਼ਾਮ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਤੇ ਕਾਂਗਰਸ ਦਾ ਪਲਟਵਾਰ, ਕਿਹਾ ਲੱਗੀ ਰਹਿੰਦੀ ਹੈ ਜਿੱਤ ਹਾਰ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਰਣਜੀਤ ਸਿੰਘ ਢੱਡਰੀਆਂਵਾਲਾ ਨਾਲ ਮੁਲਾਕਾਤ ਕੀਤੀ, ਕਿਹਾ ਕਾਨੂੰਨ ਮੁਤਾਬਕ ਜਲਦ ਹੋਵੇਗੀ ਕਾਰਵਾਈ। ਵਿਰੋਧੀ ਧਿਰਾਂ ਨੂੰ ਸੰਜੀਦਾ ਮੁੱਦੇ ਤੇ ਸਿਆਸਤ ਨਾ ਕਰਨ ਦੀ ਕੀਤੀ ਅਪੀਲ। ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਨੇ ਮੁਕੇਰੀਆਂ ਵਿੱਚ ਬੀਜੇਪੀ ਦਿਹਾਤੀ ਦਫ਼ਤਰ ਦਾ ਕੀਤਾ ਉਦਘਾਟਨ, ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਸਾਂਪਲਾ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਵਿੱਚ ਆ ਕੇ ਕੁਝ ਹੋਰ ਬਿਆਨ ਦਿੰਦੇ ਨੇ ਤੇ ਦਿੱਲੀ ਵਿੱਚ ਜਾ ਕੇ ਕੁਝ ਹੋਰ। ਅਸਾਮ ਦੀ ਨਵੀਂ ਵਜ਼ਾਰਤ ਦੇ ਸਹੁੰ ਚੁੱਕ ਸਮਾਗਮ ਵਿੱਚ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਸੱਦਾ। ਕੱਲ੍ਹ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ। ਹਰਿਆਣਾ ਵਿੱਚ ਜਾਟ ਆਰਕਸ਼ਣ ਅੰਦੋਲਨ ਦੇ ਦੌਰਾਨ ਹੋਈ ਹਿੰਸਾ ਵਿੱਚ ਜਾਂਚ ਕਰ ਰਹੇ ਯੂਪੀ ਦੇ ਸਾਬਕਾ ਡੀਜੀਪੀ ਦਾ ਵੱਡਾ ਖੁਲਾਸਾ। ਬੋਲੇ, ਜਾਂਚ ਰਿਪੋਰਟ ਵਿੱਚ ਕੁਝ ਲੋਕਾਂ ਦਾ ਨਾਮ ਹਟਾਉਣ ਦਾ ਸੀ ਸਿਆਸੀ ਦਬਾਅ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਦਬਾਅ ਦੀ ਗੱਲ ਦਾ ਇਨਕਾਰ ਕੀਤਾ ਤੇ ਦੂਜੇ ਪਾਸੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਮੇਟੀ ਦੀ ਰਿਪੋਰਟ ਨੂੰ ਜਨਤਕ ਨਾ ਕਰਨ ਤੇ ਸਵਾਲ ਚੁੱਕੇ। ਦੂਜੇ ਪਾਸੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜੇਕਰ ਕਿਸੇ ਨੇ ਦਬਾਅ ਪਾਇਆ ਸੀ ਤਾਂ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਇਸ ਦਾ ਜ਼ਿਕਰ ਕਿਉਂ ਨਹੀਂ ਕੀਤਾ। ਜੋ ਪ੍ਰਕਾਸ਼ ਸਿੰਘ ਕਾ ਸਟ੍ਰਕਚਰ ਹੈ, ਜਿਸ ਪ੍ਰਕਾਰ ਸੇ ਉਨਕੇ ਰਾਸ਼ਟਰੀ ਇਮੇਜ ਹੈ, ਉਨਕੇ ਉੱਪਰ ਕੋਈ ਦਬਾਅ ਨਹੀਂ ਡਾਲ ਸਕਦਾ। ਔਰ ਅਗਰ ਕਿਸੇ ਨੇ ਦਬਾਅ ਡਾਲਾ ਹੈ ਤੋ ਜੈਸੇ ਉਹਨੇ ਨਿਸ਼ਪਕਸ਼ ਹੋ ਕੇ ਬਾਕੀ ਰਿਪੋਰਟ ਲਿਖੀ ਹੈ, ਉਹ ਇਹ ਵੀ ਲਿਖ ਸਕਦੇ ਥੇ, ਇਹ ਵੀ ਬਤਾ ਸਕਦੇ ਥੇ ਜਨਤਾ ਕੋ ਕਿ ਕਿਸੇ ਨੇ ਪ੍ਰੈਸ਼ਰ ਡਾਲਾ। ਮੈਂ ਕਹਾਂ ਕਿ ਅਗਰ ਹੋਤਾ ਪ੍ਰੈਸ਼ਰ ਅਗਰ ਥਾ ਤੋ ਇਹ ਵੀ ਲਿਖ ਦਿੱਤਾ ਰਿਪੋਰਟ ਮੇਂ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਬਲੈਕਆਊਟ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ, ਕਿਹਾ ਬਲੈਕਆਊਟ ਵਿੱਚ ਸਰਕਾਰ ਦੀ ਨਹੀਂ ਕੋਈ ਭੂਮਿਕਾ, ਚੈਨਲ ਨਾ ਦਿਖਾਏ ਜਾਣ ਤੇ ਆਮ ਲੋਕਾਂ ਤੇ ਸਿਆਸੀ ਪਾਰਟੀਆਂ ਵਿੱਚ ਰੋਸ ਜਾਰੀ। ਆਪਾਂ ਇੱਕ ਹਰ ਚੀਜ਼ ਕੋਈ ਹੋ ਜਾਣਾ ਚੈੱਕ ਵੀ ਆ ਜਾਏ ਕਿਸੇ ਨੂੰ ਆਖਰ ਕਿ ਗੌਰਮੈਂਟ ਨੇ ਕਰ ਸਾਡਾ ਜੀ ਟੀ ਵੀ ਦੇ ਨਾਲ ਕੀ ਇਤਲਾਫ ਪੈ ਜਾਊਗਾ। ਲੁਧਿਆਣਾ ਵਿੱਚ ਬਦਮਾਸ਼ ਹੋਏ ਬੇਖੌਫ, ਧਾਂਦਰਾ ਰੋਡ ਤੇ ਬੀਤੀ ਦੇਰ ਰਾਤ ਗੈਂਗਸਟਰਸ ਨੇ ਸਰੇਆਮ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ ਗੈਂਗਸਟਰ ਸੁਖਮਿੰਦਰ ਸੁੱਖਾ ਡੀਐਮਸੀ ਵਿੱਚ ਦਾਖਲ ਤੇ ਸੁੱਖਾ ਦੀ ਪਤਨੀ ਨੇ ਦਿੱਤੀ ਜਾਣਕਾਰੀ। ਲੁਧਿਆਣਾ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਪਰ ਮੀਡੀਆ ਸਾਹਮਣੇ ਸਾਦੀ ਚੁੱਪੀ। ਜਾਣਕਾਰੀ ਮੁਤਾਬਕ ਗੈਂਗਸਟਰ ਸੁਖਮਿੰਦਰ ਸੁੱਖਾ ਤੇ ਲੁੱਟ ਤੇ ਕਤਲ ਦੇ ਕਈ ਮਾਮਲੇ ਦਰਜ ਨੇ। ਤਿੰਨ ਮੁੰਡੇ ਅੰਦਰ ਵੜੇ ਨੇ, ਉਹਨਾਂ ਨੇ ਅੰਦਰ ਵੜਦੇ ਨਾਲ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਫਾਇਰਿੰਗ ਕਰਨ ਤੋਂ ਬਾਅਦ ਉੱਪਰ ਗਏ ਨੇ, ਮੇਰੇ ਹਸਬੈਂਡ ਉੱਪਰ ਸੀ, ਉਹਨਾਂ ਦੇ ਤਿੰਨ ਫਰੈਂਡਸ ਨਾਲ ਬੈਠੇ ਸੀਗੇ। ਅੰਦਰ ਤੋਂ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ, ਉਹਨਾਂ ਨੇ ਨਹੀਂ ਦੇਖਿਆ ਗੋਲੀ ਕਿੱਥੇ ਲੱਗ ਰਹੀ ਕਿੱਥੇ ਨਹੀਂ ਲੱਗ ਰਹੀ ਹੈਗੀ। 2 ਮਿੰਟਾਂ 'ਚ ਗੋਲੀਆਂ ਗੁੜੀਆਂ ਮਾਰ ਕੇ ਆਪਣਾ ਭੱਜ ਗਏ ਫੜੀ। ਪਠਾਨਕੋਟ ਦੇ BOP ਕਾਂਸੀ ਬਰਬਨ ਨੇੜਿਓਂ ਫੜਿਆ ਗਿਆ ਪਾਕਿਸਤਾਨੀ ਨਾਗਰਿਕ, ਪਾਕਿਸਤਾਨੀ ਕਰੰਸੀ, ਜ਼ਿੰਦਾ ਕਾਰਤੂਸ ਤੇ ਹੋਰ ਸਮਾਨ ਬਰਾਮਦ। ਪੁਲਿਸ ਉਸ ਦੇ ਭਾਰਤ ਆਉਣ ਦੀ ਵਜ੍ਹਾ ਦੀ ਕਰ ਰਹੀ ਹੈ ਪੁੱਛਗਿੱਛ। ਈਰਾਨ ਦੇ ਆਪਣੇ ਪਹਿਲੇ ਦੌਰੇ ਤੇ PM ਮੋਦੀ ਤਹਿਰਾਨ ਪਹੁੰਚੇ, ਫਾਰਸੀ ਵਿੱਚ ਟਵੀਟ ਕਰਕੇ ਕਿਹਾ ਦੋਨਾਂ ਮੁਲਕਾਂ ਵਿੱਚ ਸੰਬੰਧ ਕਾਫੀ ਪੁਰਾਣੇ, ਆਰਥਿਕ ਤੇ ਸੱਭਿਆਚਾਰਕ ਸਾਂਝੇਦਾਰੀ ਵਧੇਗੀ ਇਸ ਨਾਲ ਤੇ ਸਿੰਘ ਸਭਾ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਕੀਤੀ ਦੌਰੇ ਦੀ ਸ਼ੁਰੂਆਤ।
इस मौके गुरद्वारा साहब विच संगत नूं संबोधन करदिआं प्रधानमंत्री ने जिथे विदेश विच वसे सिख भाईचारे की प्रशंसा की उत्थे ही श्री गुरु गोबिंद सिंह जी के 350वें प्रकाश पुरब नूं मनाउण दे लई केंद्र सरकार वल्लों कीतीआं जा रहीआं खास तैयारियों का जिक्र भी किया। तेहरान विच प्रधानमंत्री मोदी का होया जबरदस्त स्वागत। नरेंद्र मोदी की ईरान के राष्ट्रपति हसन रूहानी नाल हुई मुलाकात। चाबार के करार ते नाल तेल ते ऊर्जा के खेतर विच कई अहम समझौते होने की उम्मीद। बीजेपी आगू ते मुल्क की पहली महिला IPS किरण बेदी बने पुडुचेरी के उपराज्यपाल। केंद्र की सिफारिश के बाद राष्ट्रपति ने की नियुक्ति, लैणगे भुपिंदर सिंह की जगह। पुडुचेरी का उपराज्यपाल बनाए जाने से दिल्ली के मुख्यमंत्री अरविंद केजरीवाल ने किरण बेदी को बधाई दी। केजरीवाल ने ट्वीट करके कहा कि किरण दीदी नई भूमिका निभाने जा रहे हैं जिसके लिए उन्होंने वालों बधाई। हिमाचल में तीन वड्डे सड़क हादसों में आवाजाही मंत्री GS बाली आज पत्रकारों नाल होंगे रूबरू। विभाग में उठ रहे सवालों से विरोधियों नूं देंगे जवाब। सिख मार्शल आर्ट गतके दे जौहर देखण नूं मिले चंडीगढ़ की पंजाब यूनिवर्सिटी विच, जिथे ऑल इंडिया मार्शल आर्ट फैसटिवल करवाया गया ते देश दे वक् वक् हिस्सों तो आए नौजवानों ने मार्शल आर्ट पेश किया। देश के साफ सुथरे शहरों की लिस्ट विच चंडीगढ़ दूजे नंबर ते है। शहर नूं इस लिस्ट विच नंबर वन ते लियाउण दे लई ऐतवार नूं उत्थे क्लीन डे मनाया गया, जिस तहत चंडीगढ़ रेलवे स्टेशन ते सफाई अभियान चलाया गया। चंडीगढ़ में छेती ही लगणगे वाटर ATM। लोग वाटर ATM दे जरिए बाजार कीमत तो घट कीमत विच पी सकणगे शुद्ध ते साफ पानी। नगर निगम ने FNCC मीटिंग विच एजेंडा कीता पास। चंडीगढ़ साहित्य अकादमी वालों सालाना अवार्ड समागम का किया गया प्रबंध। दिते गए अवार्ड ऑफ रेकग्निशन ते बेस्ट बुक ऑफ द ईयर अवार्ड। अवार्ड देण दे नाल यह भी ऐलान किया गया कि कोई भी अवार्डी प्राप्त किया हुआ सम्मान कदे भी वापस नहीं करेगा। पंजाब यूनिवर्सिटी विच विश्व बायो डायवर्सिटी दिवस के मौके पर एक फोटो प्रदर्शनी का प्रबंध किया गया। ये पंजाब यूनिवर्सिटी के फैकल्टी ते विद्यार्थियों का साझा उपराला सी। स्टूडेंट सेंटर पंजाब यूनिवर्सिटी विच लगाई गई इस प्रदर्शनी का मकसद लोगों को धरती को सुंदर बनाए रखने के लिए प्रेरणा सी। शिमला के इतिहासिक गेटी थिएटर विच सूबा पदरी महिला साहित्यकार समागम का प्रबंध किया गया। साबका MP ते हिमाचल प्रदेश रेड क्रॉस सोसायटी की प्रधान प्रतिभा सिंह ने बतौर मुख मेहमान इतने शिरकत की। प्रोग्राम नूं उन्होंने एक चंगा कदम दसिया। EPFO सबसक्राइबर्स नूं मिलणगे सस्ते घर, सूत्रां दे हवाले तो खबर। EPFO ट्रस्टी दे नाल अगले महीने करेगा घट कीमत ते घर मुहैया करवाउण दे बते ते चर्चा। थाईलैंड तो करीब 40 बौद्ध भिक्षु धर्मशाला दे ले लद्दाख तक शांति मार्च कट रहे ने। 14वें तिब्बती अध्यात्मिक गुरु दलाई लामा ने मुख बौद्ध मंदिर तो शांति मार्च दिखाई हरी झंडी। गुड़गांव टोल प्लाजा ते फिर सामने आई गुंडागर्दी दीयां तस्वीरां। अणपछाते लोगों ने दफ्तर विच वड़ के मुलाजमां नाल कीती मारकुट। FIR दर्ज हुई।
3 दिन पहला यह हुई सी घटना। इसरो वालों किया गया स्वदेशी स्पेस शटल रीयूजेबल लॉन्च व्हीकल का सफल परीक्षण। आंध्र प्रदेश के श्रीहरिकोटा तो किया गया लॉन्च। स्पेस शटल तैयार करने विच रिसाइकल तकनीक का होया इस्तेमाल। जबरदस्त गर्मी की वजह नाल दिल्ली विच बिजली की खपत का रिकॉर्ड वाधा होया है। इसलिए बिजली कंपनियां राजधानी के कई इलाकों में पावर कट ला रही ने। एतवार को भी साउथ दिल्ली में कई इलाकों में 1 से 6 घंटे तक बिजली की कटौती की गई। एयर इंडिया आज तो दिल्ली रायपुर ते दिल्ली नागपुर रूट से सीधिया उड़ाना शुरू कर दिया है। ते बुधवार तो अलावा ये फ्लाइट्स रोजाना नागपुर ते रायपुर जाने वाले यात्रियों के लिए उपलब्ध होंगी। उत्तराखंड के चक्राता विच लैंडस्लाइड दे नाल 10 लोगों की मौत। तेज तूफान की चपेट विच आए मजदूर। रेस्क्यू ऑपरेशन जारी। मुल्क विच गर्मी का अटैक जारी। राजस्थान के चुरू ते श्रीगंगानगर विच तापमान 49.2 डिग्री सैल्सीयस। उड़ीसा ते हिसार विच 44 डिग्री सैल्सीयस तक है। पंजाब विच भी तापमान 45 दे नेड़े। अमरीका के राष्ट्रपति बराक ओबामा 3 दिनी दौरे ते ने वियतनाम पहुँच चुके ने। ते ओबामा दे दौरे का मकसद अमरीका ते वियतनाम दे विचाले सैनिक ते आर्थिक खेतर विच वाधा करना है। ओबामा दे दौरे नू लैके वियतनाम दे लोकां विच भारी उत्साह वेख्या जा रहा है। जापान दौरे तो पहला अमरीकी राष्ट्रपति बराक ओबामा ने कहा कि हिरोशिमा ते परमाणु बंब सुट्टण दे लई ओ माफ़ी नहीं मंगणगे। 27 मई नू हिरोशिमा जा रहे ने। जापान दे एक संगठन ने उन्हां तो माफ़ी की मांग की सी। अमरीकी फौज ने एक हवाई हमले में तालिबानी आगू मुहम्मद मंसूर नू मार सुटिया है। ते अमरीकी सेना ने पाकिस्तान अफगानिस्तान बॉर्डर के अंदरूनी हिस्से अहमद वॉल ते ड्रोन हमले नू अंजाम दिता। ते मुहम्मद मंसूर ना सिर्फ तालिबान जबकि अलकायदा ते हकानी नेटवर्क दे लई भी काम करता सी। इटली कोस्ट गार्ड नू भुपद सागर विच प्रवासियों की एक किश्ती का उस वेले पता लग्या जदों वो लगभग डुबण की कगार ते सी। ते इस छोटी किश्ती विच तकरीबन 300 लोग सवार सन। किश्ती का पता लगन ते फौरन बचाव काम शुरू किया गया। ते पिछले 2 साल में तकरीबन 3,20,000 प्रवासी समंदर के रस्ते इटली पहुँचे हैं। ते इना विच्चों तकरीबन 7,000 लोगों ने अपनी जान गवाई है। ऑस्ट्रेलिया की माउंटेनियर मारिया स्ट्रीडोम दी एवरेस्ट तो उतरते वेले मौत हो गई। तो हाल ही के दिनों में एवरेस्ट के किसी माउंटेनियर की यह दूजी मौत है। इस तो पहला 20 मई में डच माउंटेनियर एरिक एरी की मौत हो गई सी। ऐतवार नूं चीन के दक्षण पछमी हिस्से में भूचाल के 4 झटके महसूस किए गए। सब तो वड्डा झटका 5.3 की स्पीड वाला सी। हालांकि भूचाल तो किसी तरह के जान माल का नुकसान नहीं होया है। फिर भी चीन का डिजास्टर मैनेजमेंट अथॉरिटी पूरी तरह नाल तैयार है।